ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਅੱਜ ਜਿਸ ਸੰਕਟ ਮੋਚਨ ਸ਼ਬਦ ਦੀ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ, ਇਸ ਸੰਕਟ ਮੋਚਨ ਸ਼ਬਦ ਦਾ ਜਾਪ ਕਰਨ ਤੋਂ ਬਾਅਦ ਦੁੱਖ ਰੋਗ ਚਿੰਤਾਵਾਂ ਦੂਰ ਹੁੰਦੀਆਂ ਹਨ, ਹਰ ਤਰੀਕੇ ਦੀਆਂ ਉਲਝਣਾਂ ਮੁਸ਼ਕਲਾਂ ਤੋਂ ਛੁਟਕਾਰਾ ਮਿਲਦਾ ਹੈ। ਮਾਂਜ ਮਹੱਲਾ ਪੰਜਵਾਂ। ਦੁਖ ਤਦੇ ਜਾਵੇ ਸਰ ਜਾਵੇ, ਭੂਖ ਵਿਆਪੇ ਬਹੁ ਬਿਧ ਧਾਵੇ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੇ ਦੀਨ ਦਿਆਲਾ ਜੀਓ। ਸਤਿਗੁਰ ਮੇਰਾ ਵਡ ਸਮਰੱਥਾ, ਜੀ ਸੰਭਾਲੀ ਤਾਂ ਸਭ ਦੁਖ ਲੱਥਾ, ਚਿੰਤਾ ਰੋਗ ਗਈ ਹਉ ਪੀੜਾ, ਆਪੇ ਕਰੇ ਪ੍ਰਤਪਾਲਾ ਜੀਓ। ਬਾਰਿਕ ਵਾਂਗੀ ਹਉ ਸਭ ਕਿਛ ਮੰਗਾ, ਦੇ ਦੇ ਦੋਟ ਨਾਹੀ ਪ੍ਰਭ ਰੰਗਾ, ਪੈਰੀ ਪੈ ਪੈ ਬਹੁਤ ਮਨਾਈ, ਦੀਨ ਦਿਆਲ ਗੋਪਾਲਾ ਜੀਓ। ਹਉ ਬਲਿਹਾਰੀ ਸਤਿਗੁਰ ਪੂਰੈ, ਜਿਨ ਬੰਧਨ ਕਾਟੈ ਸਗਲੇ ਮੇਰੇ, ਹਿਰਦੇ ਨਾਮ ਦੇ ਨਿਰਮਲ ਕੀਏ, ਨਾਨਕ ਰੰਗ ਰਸਾਲਾ ਜੀਓ। ਇਸ ਸ਼ਬਦ ਦਾ 40 ਦਿਨ 101 ਵਾਰ ਹਰ ਰੋਜ਼ ਜਾਪ ਕਰਨਾ ਹੈ। 40 ਦਿਨ 101 ਵਾਰ ਹਰ ਰੋਜ਼ ਜਾਪ ਕਰਨ ਵਾਲੇ ਨੂੰ ਜਿੰਨੀਆਂ ਵੀ ਦੁੱਖ ਤਕਲੀਫਾਂ ਨੇ, ਚਿੰਤਾਵਾਂ ਨੇ, ਸੰਕਟ ਨੇ, ਸਭ ਦੂਰ ਹੋ ਜਾਂਦੇ ਹਨ, ਸਭ ਬੰਧਨ ਕੱਟੇ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।